ਚੋਰਾਂ ਦੇ ਵੱਲੋਂ ਹੁਣ ਤਾਂ ਗੁਰੂ ਘਰਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ। ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਚੋਰਾਂ ਦੇ ਵੱਲੋਂ ਇੱਕੋ ਰਾਤ ਦੇ ਵਿੱਚ ਕਈ ਗੁਰੂ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਗੁਰੂ ਘਰਾਂ ਦੇ ਤਾਲੇ ਤੋੜੇ ਗਏ ਤੇ ਗੋਲਕਾਂ ਚੁੱਕ ਕੇ ਫਰਾਰ ਹੋਏ ਨੇ। ਇੱਕ ਗੁਰੂ ਘਰ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਵਿੱਚ ਚੋਰ ਵੀ ਨਜ਼ਰ ਆਇਆ ਤੇ ਜੁੱਤੀਆਂ ਪਾ ਕੇ ਅੰਦਰੋਂ ਗੋਲਕ ਚੁੱਕਦਾ ਹੋਇਆ ਸਾਫ਼ ਦਿਖਾਈ ਦਿੱਤਾ ਹੈ। ਸੀਸੀਟੀਵੀ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਚੋਰ ਜੋ ਕਿ ਗੁਰੂ ਘਰ ਦੇ ਵਿੱਚ ਦਾਖਲ ਹੁੰਦਾ ਹੈ ਅਤੇ ਫਿਰ ਇੱਟ ਲੈ ਕੇ ਤਾਲਾ ਤੋੜਨ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਗੁਰੂ ਘਰ ਦੇ ਦਰਵਾਜ਼ੇ ਦਾ ਤਾਲਾ ਇੱਟ ਨਾਲ ਨਹੀਂ ਟੁੱਟਦਾ ਤਾਂ ਉਹ ਇੱਕ ਪਾਸੇ ਪਿਆ ਹੋਇਆ ਇੱਕ ਸਰੀਏ ਦਾ ਟੁਕੜਾ ਚੁੱਕਦਾ ਹੈ ਤੇ ਫਿਰ ਉਹਦੇ ਨਾਲ ਤਾਲਾ ਤੋੜ ਕੇ ਜੁੱਤੀਆਂ ਸਮੇਤ ਗੁਰੂ ਘਰ ਦੇ ਅੰਦਰ ਦਾਖਲ ਹੁੰਦਾ ਹੈ ਤੇ ਗੋਲਕ ਚੁੱਕ ਕੇ ਫਰਾਰ ਹੋ ਜਾਂਦਾ ਹੈ। ਹਾਲਾਂਕਿ ਇਸ ਦੇ ਨਾਲ ਹੋਰ ਕਿੰਨੇ ਸਾਥੀ ਸੀ ਇਹ ਸਾਫ਼ ਨਹੀਂ ਹੋ ਪਾਇਆ ਕਿਉਂਕਿ ਗੁਰੂ ਘਰ ਦੇ ਵਿੱਚ ਵੜਦਾ ਇਹ ਇਕੱਲਾ ਹੀ ਇਹਨਾਂ ਕੈਮਰਿਆਂ ਦੇ ਵਿੱਚ ਕੈਦ ਹੋਇਆ। ਜਿਸ ਤੋਂ ਬਾਅਦ ਸਰਪੰਚ ਨਾਲ ਜਦੋਂ ਗੱਲ ਕੀਤੀ ਗਈ ਤਾਂ ਸਰਪੰਚ ਨੇ ਹੋਰ ਵੀ ਹੈਰਾਨੀਜਨਕ ਖੁਲਾਸੇ ਕੀਤੇ ਕਿ ਸਰਪੰਚ ਨੂੰ ਕਈ ਥਾਵਾਂ ਤੋਂ ਫੋਨ ਆਇਆ ਕਿ ਗੁਰੂ ਘਰਾਂ ਦੇ ਵਿੱਚ ਚੋਰ ਵੜੇ ਨੇ, ਚੋਰੀਆਂ ਕੀਤੀਆਂ ਗਈਆਂ ਨੇ। ਸਰਪੰਚ ਦਾ ਕਹਿਣਾ ਹੈ ਕਿ ਇੱਕੋ ਰਾਤ ਦੇ ਵਿੱਚ ਹੀ ਕਈ ਗੁਰੂ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਤੇ ਚੋਰੀ ਕਰਨ ਵਾਲੇ ਇਹ ਸਾਰੇ ਨਸ਼ੇੜੀ ਨੇ। ਸੋ ਸਭ ਤੋਂ ਪਹਿਲਾਂ ਨਸ਼ੇ ਤੇ ਠੱਲ ਪਾਉਣੀ ਚਾਹੀਦੀ ਹੈ ਤਾਂ ਹੀ ਇਹ ਚੋਰੀ ਦੀਆਂ ਵਾਰਦਾਤਾਂ ਰੁਕਣਗੀਆਂ। ਇਹ ਤਸਵੀਰਾਂ ਹੁਸ਼ਿਆਰਪੁਰ ਦੇ ਪਿੰਡ ਜਹਾਨ ਖੇਲਾ ਦੀਆਂ ਜਿੱਥੇ ਗੁਰੂ ਰਵਿਦਾਸ ਗੁਰੂ ਘਰ ਦੇ ਵਿੱਚ ਇਹ ਚੋਰ ਵੜਿਆ ਤੇ ਗੋਲਕ ਚੁੱਕ ਕੇ ਫਰਾਰ ਹੋ ਗਿਆ। ਫਿਲਹਾਲ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਪਰ ਸਰਪੰਚ ਦਾ ਕਹਿਣਾ ਹੈ ਕਿ ਪੁਲਿਸ ਦੇ ਵੱਲੋਂ ਵੀ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਇਹ ਜਹਾਨ ਖੇਲਾ ਦੀ ਹੈ ਸਰ, ਅੱਜ ਰਾਤ ਨੂੰ ਕੋਈ 3:15 ਦੇ ਨੀਅਰ ਅਬਾਊਟ ਹੋਈ ਹੈ ਚੋਰੀ, ਕਹਿੰਦੇ ਇਹ ਗੱਲਾਂ ਤੋੜ ਕੇ ਲੈ ਕੇ ਗਿਆ ਜੀ। ਜਹਾਨ ਖੇਲਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਨਾ ਉੱਥੋਂ ਲੈ ਕੇ। ਕਿੰਨੇ ਕੁ ਵਜੇ ਦੀ ਹੈ? 3:15 ਨੀਅਰ ਅਬਾਊਟ। ਇਹ ਪਿੰਡ ਜਹਾਨ ਖੇਲਾ ਦੀ ਪਿੰਡ ਜਹਾਨ ਕਿੰਨਾ ਕੁ ਨੁਕਸਾਨ ਹੋਇਆ ਜੀ? ਨੁਕਸਾਨ ਗੋਲਕ ਚੋਂ ਹੈ, ਉਹ ਕਹਿ ਰਹੇ 4-5 ਹਜ਼ਾਰ ਜੋ ਵੀ ਹੈਗਾ ਲੈ ਕੇ ਹੋਣੇ। ਕਿੰਨੇ ਚੋਰ ਸੀਗੇ ਤੁਹਾਡੇ? ਇਹ 'ਚ ਤਾਂ ਸਾਡੇ ਕੋਲ ਇੱਕ ਹੀ ਦਿਖ ਰਿਹਾ ਸਰ, ਬਾਕੀ ਜਿਹੜੇ ਬਾਕੀ ਸਰਪੰਚਾਂ ਤੇ ਸਾਨੂੰ ਫੋਨ ਆਏ ਆ ਕਿ ਪਟੈੜੀਆਂ ਹੋਈ ਆ ਚੋਰੀ, ਖੜਕਾਂ ਹੋਈ ਆ ਮਹਿਲਾ ਵਾਲੀ ਆ, ਤੇ ਸਾਰੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਗੁਰਦੁਆਰੇ ਹੀ ਟਾਰਗੇਟ ਕੀਤੇ ਗਏ ਆ। ਮਤਲਬ ਕਿ ਇੱਕੋ ਰਾਤ ਵਿੱਚ 5-6 ਗੁਰਦੁਆਰਿਆਂ ਨੂੰ ਨਿਸ਼ਾਨਾ ਬਣਾਇਆ ਗਿਆ? ਨਿਸ਼ਾਨਾ ਬਣਾਇਆ ਗਿਆ, ਹਾਂਜੀ। ਪੁਲਿਸ ਨੂੰ ਇਤਲਾਹ ਦਿੱਤੀ ਗਈ? ਹਾਂਜੀ, ਪੁਲਿਸ ਨੂੰ ਮੈਸੇਜ ਦਿੱਤਾ ਜੀ ਆਪਾਂ। ਆਈ ਪੁਲਿਸ ਮੌਕੇ ਤੇ ਕਿ ਨਹੀਂ? ਨਹੀਂ, ਹੱਲੇ ਕੋਈ ਨਹੀਂ ਆਇਆ ਜੀ। ਤੇ ਕੀ ਲੱਗਦਾ ਕਿ ਇੱਕ ਗਰੋਹ ਵੱਲੋਂ ਇਹ ਕੀਤਾ ਗਿਆ? ਨਹੀਂ, ਗਰੋਹ ਕੁਝ ਕੈਮਰੇ 'ਚ 2 ਬੰਦੇ ਇੱਕ ਸਾਈਡ ਹੀ ਆ ਤੇ ਕੁਝ ਅਲੱਗ-ਅਲੱਗ ਵੀ ਹੈਗੇ ਆ ਜੀ। ਲੱਗਿਆ ਕਿ ਬਾਕੀ ਗੁਰੂ ਘਰਾਂ 'ਚ ਕਿੰਨਾ ਕੁ ਨੁਕਸਾਨ ਹੋਇਆ? ਮੈਂ ਗੱਲ ਕੀਤੀ ਸੀ ਕਿਤੇ ਕਹਿੰਦੇ 3-4 ਹਜ਼ਾਰ ਦਾ, ਕਿਤੇ 5 ਹਜ਼ਾਰ ਦਾ, 7 ਹਜ਼ਾਰ ਦਾ। ਇੱਕ ਬਸੀ ਮੁਸਤਫਾ ਵੀ ਹੋਈ ਹੈ, ਉਹਨਾਂ ਦੇ ਮੋਟਰ ਦੀ ਤਾਰ ਹੀ ਵੱਢ ਕੇ ਲੈ ਗਏ। ਕੀ ਲੱਗਦਾ ਕਿ ਕਾਰਨ ਕੀ ਹੈ ਚੋਰੀਆਂ ਦਾ? ਕਿ ਸ਼ਹਿਰ ਦੇ ਵਿੱਚ ਆਸ-ਪਾਸ ਦੇ ਪਿੰਡਾਂ ਦੇ ਵਿੱਚ 3 ਲੁੱਟਾਂ ਖੋਹਾਂ ਚੋਰੀ ਵਿਚਕਾਰ ਦੀਆਂ ਵਾਰਦਾਤਾਂ 'ਚ ਇਜ਼ਾਫਾ ਹੀ ਹੁੰਦਾ ਜਾ ਰਿਹਾ? ਭਾਜੀ, ਜੋ ਰਿਐਲਿਟੀ ਹੈ ਨਾ, ਸੱਚ ਹੈ ਇਹ, ਉਹ ਇਹ ਹੈ ਕਿ ਚਿੱਟਾ ਪਹਿਲਾਂ ਸੀਗਾ 10%, ਹੁਣ 100% ਹੈ। ਪਹਿਲਾਂ ਇੱਕ ਜਾਂਦਾ ਸੀ, ਦੂਜਾ ਆ ਜਾਂਦਾ ਸੀ ਬਾਹਰ, ਅੱਜ ਦੇ ਟਾਈਮ 'ਚ ਬੱਚਾ ਬੱਚਾ ਵੇਚਦਾ ਵਾ। ਜਹਾਨ ਖੇਲਾ ਤਾਂ ਹੋਰ ਸਪੋਰਟ 'ਚ ਹੈ ਨਸ਼ੇ ਦੇ ਮਾਮਲੇ 'ਚ। ਇਹ ਮੈਂ ਕਲੀਅਰ ਕੱਟ ਕਰਨਾ ਚਾਹੁੰਦਾ ਤੁਹਾਨੂੰ ਕਿ ਇਹ ਕਲੀਅਰ ਹੈ ਕਿ ਮੈਨੂੰ ਨਹੀਂ, ਮੇਰੇ ਪਿੰਡ ਵਾਲਿਆਂ ਨੂੰ ਪੁੱਛ ਲਓ। ਇੱਕ ਮੈਂ ਲੋਕਾਂ ਨੂੰ ਇਹ ਮੈਸੇਜ ਵੀ ਦੇਣਾ ਚਾਹੁੰਦਾ, ਠੀਕ ਹੈ ਤੁਸੀਂ ਸਿਆਸਤ 'ਚ ਹੈਗੇ, ਚੰਗੀ ਗੱਲ ਹੈ, ਪਰ ਚੋਰਾਂ ਦੀ ਸਪੋਰਟ ਨਾ ਕਰੋ। ਆਪਾਂ ਚੋਰ ਫੜਾਉਂਦੇ ਹਾਂ, ਪਿੱਛੇ ਜੇ ਫੜਾਇਆ ਸੀਗਾ, ਉਹਨਾਂ ਚੋਰ ਛੁੜਾ ਲਿਆਂਦਾ, ਹੁਣ ਉਹ ਮੰਤਰੀ ਸਾਹਿਬ ਦਾ ਫੋਨ ਗਿਆ ਜਾਂ ਨਹੀਂ ਗਿਆ ਉਹ ਸਾਨੂੰ ਨਹੀਂ ਪਤਾ, ਪਰ ਇਹ ਕਲੀਅਰ ਕੱਟ ਹੈ। ਇਸ ਸਾਹਿਬ ਨੇ ਦੱਸਤਾ ਕਿ ਭਾਜੀ ਤੁਸੀਂ ਮੌਕੇ ਤੇ ਮੈਂ ਚੋਰੀ ਵੀ ਫੜਾਈ, ਉਹਦੇ ਸਮਾਨ ਵੀ ਫੜਾ ਲਿਆ, ਪਰ ਉਸ ਤੋਂ ਬਾਅਦ ਉਹ ਕਹਿੰਦੇ ਉਹ ਬੰਦਾ ਛੱਡਣੇ ਪਿਆ, ਜਿਹਦੇ ਕਰਕੇ ਤੁਹਾਡਾ ਬੰਦਾ ਵੀ ਛੱਡਣਾ। ਕੀ ਕਹਿਣਾ ਚਾਹੁੰਦੇ ਨੇ ਪੁਲਿਸ ਪ੍ਰਸ਼ਾਸਨ ਨੂੰ ਕਿ ਨਫਰੀ ਆਪਣੀ ਵਧਾਉਣੀ ਚਾਹੀਦੀ ਹੈ? ਨਹੀਂ, ਪੁਲਿਸ ਨੂੰ ਤਾਂ ਵਧਾਉਣੀ ਚਾਹੀਦੀ, ਪਰ ਦੇਖੋ ਜਿਹੜਾ ਚਿੱਟਾ ਹੈ ਉਹਨੂੰ ਕਵਰ ਕਰੂੰਗੇ ਤਾਂ ਚੋਰੀ ਆਪ ਹੀ ਕਵਰ ਹੋਣੀ ਹੈ।